द फैक्ट न्यूज़ तुसी देख रहे हो तो मैं हाँ जय वर्मा। जेकर पंजाब की गल करिए पंजाब का सब तो वड्डा मुद्दा मनिया जाता है नशे का मुद्दा। पंजाब सरकार भी कहती है कि पंजाब नू नशा मुक्त बनाना, पुलिस प्रशासन भी लग्या होया। ते नाल नाल जेकर गल की जाए पंजाब की, तो पंजाब की नौजवानी जी है या तो बाहर जा रही है या फिर नशे डूबी हुई है, जिस करके काफ़ी पिंडा दे विच नशा जेड़ा सरेआम बिकता दिखाई भी देता। सोशल मीडिया से काफ़ी नौजवानों के वीडियो भी वायरल होंदिया ने कि नशा करके काफ़ी बुरी हालातों के होंगे ने, तो कई की मौत भी हो जाती है। पर मानसे के एक पिंड वालों उपराला जेड़ा किया गया, औरतों वालों बेड़ा जेड़ा चक्या गया, तो सख्त चेतावनी नशा सख्त तस्करों को दी गई है। तो जेड़े भी नशा करते हैं उन्होंने दी गई है कि अगर वो पिंड दे विच आणगे चैकिंग की जाऊगी, अगर कोई भी फड़िया जाता है तो उसनू पुलिस के हवाले किया जाऊगा, उन्होंने फड़िया जाऊगा, तो सख्त तो सख्त कार्रवाई जी उस कराई जाऊगी। कि कुछ कहना उन्हों का थोनों सुना दें। नशियां नू रोकण की कोशिश पूरी की है, पूरा पिंड भी इस पिंड दे विच पूरा बंदा इको एक बच्चा बुढ़िया नौजवान औरतां पूरिया इस गल ते पूरिया डट के खड़िया ने भी नशे नू पूरा बंद करो। साडे पिंड दे विच काइयां बन के पिंड दे विच लोकां दे घर घर जा रहे हैं, जिन्हां ने मोटरां दे उत्ते 500 रुपया ते बाकी 100-200 रुपया घर मगर पा के फंड भी इकट्ठा कर लिया भी जे कोई लोड़ पैंदी है तां 5000 जिवें असीं नाम रखिया है ਉਹ ਅਸੀਂ 5000 ਉਸ ਨਾ ਉਹ ਫੰਡ ਦੇ ਵਿੱਚੋਂ ਦੇਵਾਂਗੇ। ਸਾਡੀਆਂ ਗੱਡੀਆਂ ਦਾ ਖਰਚਾ, ਜਿਹੜਾ ਕੋਈ ਸਪੀਕਰ ਲਾਇਆ ਗੱਡੀ ਦੇ ਉੱਤੇ ਪਿੰਡ ਦੇ ਵਿੱਚ ਅਲੌਸਮੈਂਟ ਕਰਨੀ, ਉਹ ਸਾਰਾ ਖਰਚਾ ਸਾਡਾ ਪਿੰਡ ਚਲਾ ਰਿਹਾ, ਕਿਉਂਕਿ ਅਸੀਂ ਪਿੰਡ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਇਕਾਈ ਨੂੰ ਪੂਰੇ ਤਰ੍ਹਾਂ ਮਜ਼ਬੂਤ ਕੀਤਾ ਹੈ। ਜਿੱਥੇ ਪਿੰਡ ਮਗਰ ਖੜਾ ਹੋਵੇ ਉੱਥੇ ਡਰਨ ਵਾਲੀ ਤਾਂ ਗੱਲ ਹੀ ਖਤਮ ਹੋ ਗਈ ਬਾਈ ਜੀ। ਪੇਸ਼ੈਂਟ ਬਣ ਗਿਆ, ਉਹਦਾ ਇਲਾਜ ਕਰਵਾਇਆ ਜਾਵੇ, ਉਹਨੂੰ ਉਸ ਦੁਵਿਧਾ 'ਚੋਂ ਕੱਢਿਆ ਜਾਵੇ, ਨਾ ਕਿ ਕੁੱਟ ਕਟਾਪਾ ਕੀਤਾ ਜਾਵੇ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਰਾਹ ਤੁਸੀਂ ਅਪਣਾਇਆ ਇਹ ਚਿੰਤਾ ਦਾ ਵਿਸ਼ਾ ਹੈ, ਤੇ ਚਿੰਤਕ ਚੇਤਨਾ ਕਰਕੇ ਲੋਕਾਂ ਨੂੰ ਕੈਂਪ ਲਾ ਕੇ ਲੋਕਾਂ ਨੂੰ ਉੱਥੇ ਨਸ਼ੇ ਦੇ ਖਿਲਾਫ ਪੜ੍ਹਾ ਕੇ ਸੁਝਾ ਕੇ ਤੁਸੀਂ ਉਹਨੂੰ ਕੱਢ ਸਕਦੇ ਹੋ, ਤਾਂ ਕਿ ਡੰਡੇ ਨਾਲ ਇਹਦਾ ਕੋਈ ਇਲਾਜ ਹੋ ਸਕਦਾ। ਹੁਣ ਆ ਡੰਡੇ ਦੇ ਨਾਲ ਕਾਫੀ ਕੰਟਰੋਲ ਹੋ ਜਾ ਸਕਦਾ, ਕਿਉਂਕਿ ਆਉਣ ਵਾਲੇ ਕੁਛ ਬੰਦੇ ਜ਼ਰੂਰ ਡਰ ਕੇ ਜ਼ਰੂਰ ਹਟ ਜਾਂਦੇ ਨੇ, ਪਰ ਉਹਨੂੰ ਲੁਕਵੇਂ ਢੰਗ ਦੇ ਨਾਲ ਇਹ ਜਿਹੜੇ ਬੜੇ ਛਾਤਰ ਦਿਮਾਗ ਹੁੰਦੇ ਨੇ ਜਿਹੜੇ ਬਲੈਕੀਏ ਵੇਚਣ ਵਾਲੇ ਤੇ ਖਾਣ ਵਾਲੇ ਵੀ ਹੈ, ਤਾਂ ਉਹ ਦੋਨੇ ਹੀ ਬਰਾਬਰ ਦੇ ਦੋਸ਼ੀ ਨੇ, ਉਹ ਪੰਜਾਬ ਦਾ ਬੇੜਾ ਗਰਕ ਨਾ ਕਰਨ। ਮੈਂ ਸਾਰੇ ਪਿੰਡਾਂ ਵਾਸੀਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਰਲ ਕੇ ਸਾਰੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢੀਏ, ਮਹਿੰਗਾਈ ਦੇ ਬੇਰੁਜ਼ਗਾਰੀ ਖਿਲਾਫ ਲੜੀਏ। ਜੇ ਪੰਜਾਬ ਹੈ ਜਦੋਂ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ, ਹਰ ਇੱਕ ਥਾਂ 'ਤੇ ਮੂਹਰੇ ਅੜ ਸਕਦਾ, ਤਾਂ ਨਸ਼ਾ ਵੀ ਇਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ। ਸਾਡੇ ਲੋਕ ਅਸੀਂ ਨੈਗੇਟਿਵ ਸੋਚ ਰੱਖਦੇ ਹਾਂ ਕਿ ਨਸ਼ਾ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਅਤੇ ਤਾਂਹੀਓ ਇਹ ਦੂਰ ਤੱਕ ਜਾਂਦਾ ਹੈ, ਪਰ ਅਸੀਂ ਇਹਨੂੰ ਇਹ ਸੋਚਿਆ ਕਿ ਅਸੀਂ ਇਹਨੂੰ ਬੰਦ ਕਰਨਾ ਹੈ, ਤਾਂ ਇਹ ਬੰਦ ਕਰਨਾ ਕੋਈ ਸਾਡੇ ਵਾਸਤੇ ਵੱਡੀ ਖੇਡ ਨਹੀਂ ਹੈਗੀ। ਦੂਸਰੀ ਗੱਲ, ਜੇ ਅਸੀਂ ਸਰਕਾਰਾਂ 'ਤੇ ਡਿਪੈਂਡ ਰਹਿੰਦੇ ਹਾਂ ਵੀ ਸਰਕਾਰਾਂ ਕਰਨਗੀਆਂ, ਸਰਕਾਰਾਂ ਨੇ ਚਲਾਇਆ ਨਹੀਂ, ਚਲਾਇਆ ਹੋ ਸਕਦਾ ਪਰ ਬੰਦ ਨਹੀਂ ਕਰ ਸਕਦੀਆਂ, ਕਿਉਂਕਿ 90% ਸਰਕਾਰਾਂ ਦਾ ਕਾਰੋਬਾਰ ਨਸ਼ੇ ਤੋਂ ਹੀ ਚੱਲਦਾ ਹੈ, ਕਿਉਂਕਿ ਸਰਕਾਰਾਂ ਕੋਲ ਅੱਜ ਦੇ ਸਮੇਂ ਦੇ ਵਿੱਚ ਇਮਾਨਦਾਰੀ ਦਾ ਕੁਛ ਨਹੀਂ ਹੈਗਾ ਦੇਣ ਨੂੰ। ਜਿਹੜੀ ਨੌਜਵਾਨ ਪੀੜ੍ਹੀ ਹੈਗੀ ਕੁਛ ਤਾਂ ਬਾਹਰ ਨੂੰ ਜਾਈ ਜਾਂਦੀ ਹੈ ਅਤੇ ਕੁਛ ਨਸ਼ੇ ਕਰਕੇ ਆਪਦੀ ਜ਼ਿੰਦਗੀ ਖਤਮ ਕਰੀ ਜਾਂਦੀ ਆ। ਸਾਨੂੰ ਬਹੁਤ ਦੁੱਖ ਪਹੁੰਚਦਾ ਜਦੋਂ ਅਸੀਂ ਸੁਣਦੇ ਹਾਂ ਵੀ ਅੱਜ ਉਹਨਾਂ ਦਾ ਬੱਚਾ 17-18 ਸਾਲ ਦਾ ਸੀਗਾ, 15 ਸਾਲ ਦਾ ਸੀ ਜਾਂ 12 ਸਾਲ ਦਾ ਸੀ, ਉਹਦੇ ਟੀਕਾ ਲੱਗਿਆ ਹੋਇਆ ਸੀ, ਸਰਿੰਜ ਅੰਦਰ ਹੀ ਰਹਿ ਗਈ ਅਤੇ ਉਹਦੀ ਮੌਤ ਹੋ ਚੁੱਕੀ ਆ। ਸਾਨੂੰ ਪਤਾ ਉਹਨਾਂ ਬੀਬੀਆਂ ਦਾ, ਉਹਨਾਂ ਮਾਵਾਂ ਦਾ ਜਿਹੜੀਆਂ ਸਿਰੋਂ ਰੰਡੀਆਂ ਹੋ ਜਾਂਦੀਆਂ ਨੇ, ਜਿਹੜੀਆਂ ਮਾਵਾਂ ਦੇ ਇਕੱਲੇ ਇਕੱਲੇ ਪੁੱਤ ਮਰ ਜਾਂਦੇ ਨੇ। ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੇ ਪੰਜਾਬ ਆ ਉਹ ਖਤਮ ਹੋਣ 'ਤੇ ਚੱਲਿਆ ਹੋਇਆ ਹੈ। ਜਿਹੜੇ ਬੱਚੇ ਨੇਗੇ ਜ਼ਮੀਨਾਂ ਵੇਚ ਰਹੇ ਨੇ ਲੋਕ, ਉਹ ਕੁਛ ਬਾਹਰ ਨੂੰ ਜਾ ਰਹੇ ਨੇ ਇਸ ਨਸ਼ੇ ਤੋਂ ਡਰਦੇ। ਅੱਗੇ ਲੋਕ ਸੀਗੇ ਕੋਈ ਮਾੜੀ ਮੋਟੀ ਆਪਦੀ ਕੋਈ ਸ਼ਰਾਬ ਪੀਂਦੇ, ਪਊਆ ਰੀਆ ਪੀ ਕੇ ਆਪਦੇ ਘਰੇ ਕੰਮ ਕਰਦੇ, ਸਵੇਰੇ ਉੱਠ ਕੇ ਵਗ ਜਾਂਦੇ। ਹੁਣ ਤਾਂ ਜੋ ਨਸ਼ਾ ਗਾ ਉਹ ਜਮਾਂ ਚਿੱਟਾ ਗਾ, ਜ਼ਹਿਰ ਹੈਗਾ, ਇਹੋ ਜਿਹੇ ਨਸ਼ੇ ਆ ਰਹੇ ਨੇਗੇ ਜਿਹੜੇ ਇਹਨਾਂ ਨੇ ਭੇਜੇ ਨੇਗੇ, ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਤੀ। ਅਸੀਂ ਬਜ਼ੁਰਗ ਕੀ ਕਰਾਂਗੇ, ਮਾਂ ਪਿਓ ਇੱਥੇ ਰੁਲਦੇ ਨੇਗੇ, ਬੱਚੇ ਬਾਹਰ ਰੁਲਦੇ ਨੇਗੇ। ਅਸੀਂ ਬਾਹਰ ਭੇਜਦੇ ਹਾਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਭੇਜਦੇ ਹਾਂਗੇ, ਇਹ ਸੋਚਦੇ ਹਾਂ ਵੀ ਸਾਡੇ ਬੱਚੇ ਉੱਥੇ ਸੁਰੱਖਿਅਤ ਨੇ, ਪਰ ਕਿਤੇ ਵੀ ਕੋਈ ਸੁਰੱਖਿਅਤ ਨਹੀਂ ਹੈਗਾ। ਜੋ ਕੁਛ ਸਾਡੇ ਪੰਜਾਬ 'ਚ ਅੱਜ ਇੰਨਾ ਨਸ਼ੇ ਦਾ ਹੜ ਹੈਗਾ, ਉਹੀ ਕੁਛ ਹੀ ਬਾਹਰ ਹੈਗਾ। ਹੁਣ ਫਿਰ ਕਈਆਂ ਬੁੜੀਆਂ ਜੱਚ ਕੇ ਇਹਨਾਂ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੀਆਂ, ਪੈਰਾਂ ਦੇਵਾਂਗੀਆਂ, ਜਿੱਥੇ ਸਾਨੂੰ ਨਸ਼ੇ ਵਾਲੀ ਕੋਈ ਬੀਬੀ ਮਿਲ ਜਾ, ਕੋਈ ਵੀਰ ਭਾਈ ਭੈਣ ਭਾਈ ਕੋਈ ਵੀ ਮਿਲਦਾ ਗਾ, ਚਾਹੇ ਖੁਦ ਸਾਡਾ ਆਪਦਾ ਨਾਲ ਦਾ ਜੰਮਿਆ ਕਿਉਂ ਨਾ ਹੋਵੇ, ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ, ਅਸੀਂ ਇਹਨਾਂ ਦਾ ਸਾਥ ਦੇਵਾਂਗੀਆਂ। ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਵੀ ਜੋ ਇਹਨਾਂ ਨੇ ਨਸ਼ੇ ਖਿਲਾਫ ਕਮੇਟੀ ਬਣਾਈ ਆ, ਬਹੁਤ ਸੋਹਣਾ ਕੰਮ ਕਰਿਆ। ਜੋ ਅੱਜ ਕਰਿਆ ਗਿਆ ਅੱਜ ਤੋਂ 10 ਸਾਲ ਪਹਿਲਾਂ ਵੀ ਹੋ ਜਾਂਦਾ, ਉਹ ਵੀ ਬਹੁਤ ਵਧੀਆ ਸੀਗਾ। ਕਹਿੰਦੇ ਆ ਵੀ ਆਲ ਪੰਜਾਬ ਦੇ ਵਿੱਚੋਂ ਬੀਬੀਆਂ ਉੱਠ ਕੇ ਆਉਣ, ਘਰਾਂ ਦੇ ਵਿੱਚ ਰੋਟੀਆਂ ਪਕਾਉਣ ਯੋਗਣੀਆਂ ਨਾ ਰਹਿਣ, ਸਾਰੀਆਂ ਬਾਹਰ ਆਉਣ, ਆ ਕੇ ਇਹ ਸੰਘਰਸ਼ ਦਾ ਸਾਥ ਦੇਣ, ਘਰ ਘਰ ਦੇ ਵਿੱਚੋਂ ਆਪਦੇ ਘਰ ਦੇ ਵਿੱਚੋਂ ਜਦੋਂ ਆਪਾਂ ਸੁਧਾਰ ਕਰਾਂਗੇ ਤਾਂ ਆਪਾਂ ਬਾਹਰੋਂ ਵੀ ਕਰਾਂਗੇ।
ਪਹਿਲਾਂ ਜੇ ਮੈਨੂੰ ਕੱਲ ਨੂੰ ਕੋਈ ਕਹਿਣ ਲੱਗ ਜਾਣਾ ਇੱਥੇ ਵੀ ਇਹ ਕੁੜੀ ਸਾਨੂੰ ਐਂ ਬੋਲਿਆ ਜੀ, ਮੈਂ ਮੇਰੇ ਘਰ ਤੋਂ ਸੁਧਾਰ ਕਰੂੰਗੀ ਤਾਂ ਮੈਂ ਮੇਰੇ ਗਵਾਂਢ ਤੋਂ ਵੀ ਕਰ ਸਕਦੀ ਹਾਂ, ਮੈਂ ਮੇਰੇ ਪਿੰਡ ਤੋਂ ਵੀ ਕਰ ਸਕਦੀ ਹਾਂ ਜੀ। ਇਹ ਸੁਧਾਰ ਹੋਣਾ ਚਾਹੀਦਾ ਗਾ, ਸਾਰੇ ਜਣੇ ਨੌਜਵਾਨ ਆਪਦੀਆਂ ਜ਼ਿੰਦਗੀਆਂ ਬਚਾਓ, ਆਪਣੇ ਘਰਾਂ ਦੇ ਵਾਰਸ ਕਿੱਥੋਂ ਲਿਆਵਾਂਗੇ ਆਪਾਂ, ਇੱਕ ਇੱਕ ਬੱਚਾ ਗਾ ਇੱਕ ਇੱਕ ਬੱਚੀ ਹੈਗੀ, ਪੰਜਾਬ ਖਤਮ ਹੋਈ ਜਾਂਦਾ ਗਾ, ਆਪਾਂ ਤਾਂ ਪਹਿਲੀ ਅੰਗਰੇਜ਼ ਮਸਾਂ ਕੱਢੇ ਸੀਗੇ।